ਹਲਕਾ ਮਜੀਠਾ ਦੇ ਪਿੰਡ ਕੋਟਲਾ ਤਰਖਾਣਾ ਦੇ ਡੀਪੂ ਹੋਲਡਰ 'ਤੇ ਸਰਕਾਰੀ ਕਣਕ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਪਿੰਡ ਵਾਸੀਆਂ ਵੱਲੋਂ ਡੀਪੂ ਹੋਲਡਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਛ ਸਮੇਂ ਤੋਂ ਡੀਪੂ ਹੋਲਡਰ ਵੱਲੋਂ ਗਰੀਬ ਪਰਿਵਾਰਾਂ ਲਈ ਆਉਣ ਵਾਲੀ ਕਣਕ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਰਾਜਾ ਕੋਟਲੀ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਸ਼ੇਰ ਨੀ ਭਜਣ ਵਾਲਾ, ਅਸੀਂ ਹੱਕ ਖਾਧਾ ਕਿਹਦਾ, ਹੱਕ ਨੀ ਖਾਂਦੇ ਕਿਹਦਾ। ਕਣਕ ਲੈਣ ਗਿਆ, 4 ਵਾਰੀ ਹੋ ਗਿਆ, ਮੈਂ ਜਦੋਂ ਜਾਂਦਾ ਮੈਨੂੰ ਕਹਿ ਦਿੰਦਾ ਤੈਨੂੰ ਮੈਂ ਗੋਲੀ ਮਰਵਾ ਦੇਣੀ ਆ, ਮੈਨੂੰ ਕਣਕ ਨਹੀਂ ਦਿੰਦਾ। ਕਿਉਂ ਕਹਿੰਦਾ ਇਸ ਤਰ੍ਹਾਂ? ਸਰ ਮੈਨੂੰ ਕਹਿੰਦਾ, ਕਹਿੰਦਾ ਤੈਨੂੰ ਕਣਕ ਨਹੀਂ ਦੇਣੀ, ਤੇਰਾ ਨਾਂ ਕਟਵਾ ਦੇਣਾ। ਮੈਂ ਇਹਦੀ ਮਾਂ ਕਹਿੰਦੀ ਸੇਵਾ ਕਰਦੇ ਆ, ਸੇਵਾ ਸਾਰੇ ਕਰਦੇ। ਕਣਕ ਕਿੱਥੇ ਜਾਂਦੀ ਜਿਹੜੀ ਪਿੱਛੋਂ ਆ ਰਹੀ ਹੈ? ਸਰ ਇਹ ਵੇਚ ਦਿੰਦਾ, ਕਦੀ ਡਰਮਾਂ 'ਚ ਪਾ ਲੈਂਦਾ ਪਿੰਡ ਦੇ ਬੰਦਿਆਂ ਕੋਲ, ਕਦੀ ਪਿਛਲੇ ਬੰਨੇ ਕਮਰੇ 'ਚ ਲਵਾ ਲੈਂਦਾ ਵਾ, ਅਤੇ ਕਦੀ 200-200 300-300 ਤੋੜਾ ਮਗਰ ਲਵਾ ਲੈਂਦਾ, ਉੱਥੋਂ ਰੇੜਿਆਂ 'ਤੇ ਘੱਲ ਦਿੰਦਾ ਵੇਚਣਾ। ਕਿੰਨੇ ਚਿਰ ਤੋਂ ਕਰ ਰਿਹਾ ਜੀ ਇਹ ਕੰਮ? 1 ਸਾਲ ਤੋਂ ਵੱਧ ਹੋ ਗਿਆ ਸਰ ਇਹ ਕਣਕ ਨਹੀਂ ਦਿੰਦਾ। ਇੱਕ ਪਰਿਵਾਰ ਨੂੰ ਕਿੰਨੀਆਂ ਬੋਰੀਆਂ ਮਿਲਦੀਆਂ ਜੀ? ਇੱਕ ਪਰਿਵਾਰ ਨੂੰ ਸਰ ਜਿੱਥੇ 10 ਜੀ ਆ ਉਹਨਾਂ ਨੂੰ 4 ਦਿੰਦਾ 6 ਖਾਈ ਜਾਂਦਾ, ਕਹਿੰਦਾ ਤੁਹਾਡੇ ਨਾਂ ਪਿੱਛੋਂ ਕੱਟੇ ਗਏ ਆ। ਅਤੇ ਹੁਣ ਤੁਹਾਡੀ ਕੀ ਮੰਗ ਆ ਜੀ? ਸਾਡੀ ਸਰ ਇਹ ਮੰਗ ਹੈ ਵੀ ਸਾਨੂੰ ਪੂਰੀ ਕਣਕ ਚਾਹੀਦੀ ਹੈ, ਜਿੰਨੀ ਆਉਂਦੀ ਸਾਡਾ ਹੱਕ ਪੂਰੇ ਦਾ ਪੂਰਾ ਚਾਹੀਦਾ ਸਾਨੂੰ, ਨਾ ਇਹ ਦਿੰਦਾ ਸਾਨੂੰ ਗੌਰਮੈਂਟ ਵੱਲੋਂ ਚੀਜ਼ ਮਿਲਦੀ। ਤੁਹਾਡਾ ਇਹ ਡਿਪੂ ਚੇਂਜ ਹੋਣਾ ਚਾਹੀਦਾ ਜੀ, ਇੱਥੋਂ ਸਾਡਾ ਡਿਪੂ ਹੋਣਾ ਚਾਹੀਦਾ ਜੀ। ਜਿਹਨੂੰ ਮਰਜ਼ੀ ਮਿਲ ਜਾਏ ਸਹਿਮਤ ਹੈ ਜੀ, ਅਸੀਂ ਆਪਣਾ ਬੰਦਾ ਚੁਣ ਕੇ ਦੇ ਸਕਦੇ ਹਾਂ ਡਿਪੂ। ਕਿੰਨਾ ਚਿਰ ਹੋ ਗਿਆ ਜੀ ਕਣਕ ਤੁਹਾਨੂੰ ਨਹੀਂ ਮਿਲਦੀ? ਸਾਨੂੰ ਸਰ 1 ਸਾਲ ਤੋਂ ਵੱਧ ਹੋ ਗਿਆ ਜੀ, 1.5 ਸਾਲ ਹੋ ਗਿਆ ਕਣਕ। ਕਿੰਨੇ ਪਰਿਵਾਰ ਆ ਟੋਟਲ ਤੁਹਾਡੇ ਪਿੰਡ ਦੇ ਜਿਹਨਾਂ ਨੂੰ ਹੁਣ ਤੱਕ ਕਣਕ ਨਹੀਂ ਮਿਲੀ? ਸਰ 150 ਬੰਦਾ ਹੋਏਗਾ ਜਿਹਨੂੰ ਨਹੀਂ ਮਿਲਦੀ। 150 ਬੰਦੇ ਦੀ ਕਿੰਨੀ ਕਣਕ ਹੋ ਗਈ ਕੁੱਲ? ਸਰ ਹੋ ਗਈ ਹੋਗੀ, ਵੇਖ ਲਓ ਹੁਣ ਆਪੇ ਹਿਸਾਬ ਲਾ ਲਓ ਕਿੰਨੀ ਕਣਕ ਹੈ, ਪਰਿਵਾਰ ਦੇ ਹਿਸਾਬ ਨਾਲ ਲਾ ਲਓ 150 ਆਦਮੀ ਦੀ ਕਿੰਨੀ ਬਣ ਗਈ। ਮੈਂ ਪੜਿਆ ਨਹੀਂ ਤੇ ਸਾਰੀ ਖਾ ਗਿਆ ਜੀ ਇਹ ਕਣਕ? ਸਾਰੀ ਖਾ ਜਾਂਦਾ ਸਰ, ਹਰ ਵਾਰੀ ਕਹਿ ਦਿੰਦਾ ਮੇਰੇ ਕੋਲ ਹੈ ਨਹੀਂ ਆ। ਨਾ ਕੱਟੇ ਗਏ? ਨਾ ਕੱਟੇ ਗਏ ਸਰ, ਪਰਚੀਆਂ ਹੱਥ ਨਾਲ ਕੱਟ ਦਿੰਦਾ ਵਾ, ਕਹਿ ਦਿੰਦਾ ਤੁਹਾਡੀ ਪਰਚੀ ਕੰਪਿਊਟਰ ਨਾਲ ਨਹੀਂ ਆਉਂਦੀ। ਕੀ ਕਾਰਵਾਈ ਹੋਣੀ ਚਾਹੀਦੀ ਇੱਥੇ? ਸਰ ਇਹ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਇਹਦੀ ਤਲਾਸ਼ੀ ਹੋਣੀ ਚਾਹੀਦੀ ਘਰ ਦੀ। ਅਤੇ ਜਿਹੜਾ ਪੁਰਾਣੀ ਤੁਹਾਡੀ ਕਣਕ ਖਾ ਗਿਆ ਉਹ ਸਾਰੀ ਇਹਨਾਂ ਕੋਲ ਲੈਣੀ ਚਾਹੀਦੀ, ਮਿਲਣੀ ਚਾਹੀਦੀ ਸਾਨੂੰ, ਮਿਲਣੀ ਚਾਹੀਦੀ ਜਿੰਨੀ ਚਾਹੀਦੀ, ਇਹਨੂੰ ਹਰਜਾਨਾ ਪੈਣਾ ਚਾਹੀਦਾ ਜਿੰਨਾ ਪਵੇ। ਹਰਜਾਨਾ ਨਹੀਂ, ਇਹਨੂੰ ਸਿਰ ਪੈਂਡ ਕਰ ਦਿਓ ਇਹਦਾ ਸਰਪੰਚ। ਠੀਕ ਹੈ ਠੀਕ ਹੈ, ਮਤਲਬ ਪਹਿਲਾਂ ਕਣਕ ਦੇ ਰਹੇ ਹੁਣ ਦਿੰਦੇ ਨਹੀਂ। ਕੌਣ ਆ ਰਹੇ? ਅਜੀਤ ਸਿੰਘ। ਕੀ ਕਰਦਾ ਜੀ ਕਣਕ? ਇਹ ਡਿਪੂ ਹੋਲਡਰ। ਕੀ ਕਰਦਾ ਜੀ ਕਣਕ ਨੂੰ ਜਿਹੜੀ ਆਉਂਦੀ ਪਿੱਛੋਂ? ਇਹ ਵੇਚਵਾਜ ਲੈਂਦਾ ਜੀ। ਤੁਹਾਨੂੰ ਮਿਲਦੀ ਨਹੀਂ? ਨਹੀਂ ਜੀ। ਕਿੰਨੇ ਚਿਰ ਤੋਂ ਨਹੀਂ ਮਿਲਣੀ ਜੀ ਤੁਹਾਨੂੰ ਕਣਕ? 4 ਜੀਆਂ ਦੀ ਸਾਡੀ ਨਹੀਂ ਮਿਲਦੀ। ਕਿੰਨੇ ਚਿਰ ਤੋਂ ਨਹੀਂ ਮਿਲਦੀ ਜੀ? ਇਹ ਘੱਟੋ ਘੱਟ 5-6 ਸਾਲ ਹੋ ਗਏ। ਕੀ ਹੁਣ ਤੁਸੀਂ ਮੰਗ ਕੀ ਕਰਦੇ? ਹੁਣ ਆਉਂਦੇ ਸਾਰਿਆਂ ਨੂੰ ਦਿੱਤੀ ਜਾਵੇ ਕਣਕ ਜਿੰਨੀ ਵੀ ਪਿਛੋਂ ਡੀ। ਅੱਜ ਤੁਸੀਂ ਕੀ ਕੀਤਾ ਇੱਥੇ? ਅੱਜ ਸਾਰੇ ਜਾਣੇ ਇਕੱਠੇ ਹੋਏ ਆ। ਤੁਸੀਂ ਡੀਪੂ ਵਾਲੇ ਕੋਲ ਗਏ ਨਹੀਂ ਕਣਕ ਮੰਗਣ ਵਾਸਤੇ? ਆਪਣੇ ਗਏ ਜੀ। ਕੀ ਕਹਿੰਦਾ ਉਹ? ਕਹਿੰਦਾ ਨਹੀਂ ਪਿੱਛੋਂ ਨਹੀਂ ਆਈ ਤੁਹਾਡੀ ਕਣਕ, ਧਮਕੀਆਂ ਵੀ ਦਿੰਦਾ ਜੀ। ਕੀ ਕਾਰਵਾਈ ਹੋਣੀ ਚਾਹੀਦੀ ਇੱਥੇ? ਕਾਰਵਾਈ ਪੂਰੀ ਹੋਣੀ ਚਾਹੀਦੀ ਇਹਦੀ ਜਿੰਨੀ ਵੀ ਸਰਕਾਰ ਵੱਲੋਂ ਹੋਵੇ। ਠੀਕ ਹੈ ਜੀ। ਅਜੀਤ ਸਿੰਘ ਹੈ ਜੀ। ਅੱਜ ਜਿਹੜਾ ਮਸਲਾ ਲੋਕਾਂ ਪ੍ਰਦਰਸ਼ਨ ਕੀਤਾ ਕੀ ਆ? ਇਹ ਜੀ ਜਿਨ੍ਹਾਂ ਦੇ ਕਾਰਡ 'ਤੇ ਮਸ਼ੀਨ ਵਿੱਚ ਨਹੀਂ ਨਾਂ ਸ਼ੋ ਹੁੰਦੇ ਅਤੇ ਉਹ ਆਖਣ ਡਿਆ ਕਿ ਸਾਨੂੰ ਕਣਕ ਦਿੱਤੀ ਜਾਵੇ, ਪਰ ਮੈਂ ਨਹੀਂ ਉਹਨਾਂ ਨੂੰ ਦੇ ਸਕਦਾ, ਮੇਰੀ ਮਜਬੂਰੀ। ਮੈਂ ਤਾਂ ਉਹ ਹੀ ਕਣਕ ਦੇ ਸਕਦਾ ਜਿਨ੍ਹਾਂ ਦੇ ਨਾਂ
ਮਸ਼ੀਨ ਤੇ ਸ਼ੋਅ ਹੋਣ ਡਿਆ ਜਿਨ੍ਹਾਂ ਦੇ ਆਨਲਾਈਨ ਆ ਗਿਆ। ਉਹ ਕਹਿ ਰਹੇ ਵੀ ਸਾਨੂੰ ਧਮਕੀਆਂ ਵੀ ਦਿੰਦੇ ਜਦੋਂ ਅਸੀਂ ਪੁੱਛਦੇ ਇਸ ਬਾਰੇ। ਨਹੀਂ ਜੀ, ਉਹ ਸਗੋਂ ਮਨੋਲਟ ਧਮਕੇ ਦਿੰਦੇ ਕਿ ਤੇਰੇ ਮੈਂ ਘਰ ਨੂੰ ਅੱਗ ਲਾ ਦੇਣੀ ਆ, ਤੇਰੇ ਮੈਂ ਬੱਚੇ ਚੁੱਕ ਲੈਣੇ ਆ, ਆਹ ਕਰ ਲੈਣਾ, ਉਹ ਨਸ਼ਾ ਪਤਾ ਕਰਕੇ ਤੇ ਮੇਰੇ ਘਰ ਆਣ ਕੇ ਸਾਨੂੰ ਨਾ ਤੰਗ ਕਰਦੇ ਆ। ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ? ਕੋਈ ਸਿਆਸੀ ਇਨਸਾਨ ਬੰਦੇ ਆ ਜਿਹੜੇ ਇਹਨਾਂ ਨੂੰ ਭੜਕਾਉਂਦੇ ਆ ਮੇਰੇ ਖਿਲਾਫ ਕਿ ਉਹਨਾਂ 'ਤੇ ਜਾ ਕੇ ਰੌਲਾ ਪਾ, ਉੱਥੇ ਜਾ ਕੇ ਆਹ ਕਰ ਉਹ ਕਰ। ਅਤੇ ਮੈਂ ਜੀ 2 ਰੁਪਏ ਕਿਲੋ ਕਣਕ ਦੀ ਵੰਡ ਕਰਨ ਡਿਆ ਵਾਂ, ਅਤੇ ਜਿੰਨੀ ਕਣਕ ਆਉਂਦੀ ਮੈਂ ਜਿੰਨੀ ਬਣਦੀ ਮੈਂ ਉਹਦੀ ਦੇਣ ਡਿਆ ਵਾਂ। ਕੋਈ ਸਿਆਸੀ ਬੰਦੇ ਆ ਉਹ ਮੇਰੇ ਖਿਲਾਫ ਬੰਦਿਆਂ ਨੂੰ ਭੜਕਾਉਂਦੇ, ਇਹ ਨਸ਼ੇ ਪੱਤੇ ਵਾਲੇ ਨਸ਼ਾ ਪੱਤਾ ਕਰਾ ਕੇ ਉਹਨਾਂ 'ਤੇ ਮੇਰੇ ਘਰ ਦੇ ਲਾਗੇ ਜਾਣ ਜਾਂ ਮੈਂ ਕਣਕ ਵੰਡਦਾ ਉਦੋਂ ਮੇਰੇ ਮਾਹੌਲ ਖਰਾਬ ਕਰਦੇ ਆ। ਅਤੇ ਮੈਂ ਜਿਹਦੀ ਕਣਕ ਆਉਂਦੀ ਜੀ ਮੈਂ ਉਹਦੀ ਕਣਕ ਦਿੰਦਾ ਵਾਂ ਮਸ਼ੀਨ 'ਤੇ, ਜਿੰਨੇ ਜੀਆਂ ਦੇ ਨਾਂ ਸ਼ੋਅ ਹੁੰਦੇ ਮੈਂ ਉਹਦੀ ਕਣਕ ਦਿੰਦਾ ਵਾਂ। ਨਵੀਂ ਹੁਣ ਨਵੇਂ ਫਾਰਮ ਜਿਹੜੇ ਭਰੇ ਸੀਗੇ ਉਹਨਾਂ ਦੇ ਵਿੱਚ ਕਈਆਂ ਦੇ ਨਾਂ ਜਿਹੜੇ ਨਹੀਂ ਸ਼ੋਅ ਹੁੰਦੇ, ਉਹ ਪੁਰਾਣੇ ਪਹਿਲਾਂ ਉਹਨਾਂ ਨੂੰ ਕਣਕ ਮਿਲਦੀ ਸੀ ਪਰ ਉਹ ਆਉਂਦੇ ਸਾਨੂੰ ਫੇਰ ਦੇ, ਪਰ ਮੈਂ ਕਿੱਥੋਂ ਦੇਵਾਂ ਜੀ, ਮੈਨੂੰ ਪਿੱਛੋਂ ਦੀ ਮਿਲਣੀ ਜੋ ਸਰਕਾਰ ਦੀ ਐਂਟੀ ਮੈਂ ਦੇ ਜਾਣ ਡਿਆ ਜੀ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ